ਕਾਮਰੇ ਵਿੱਚ ਦੇ ਵਿੱਚ ਉਹਨਾਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ। ਅੱਜ ਪੂਰਾ ਟੋਟੀ ਦੇ ਰੱਖੇ ਜਾ ਰਹੇ ਆ। ਆਪਣੇ ਚੱਲ ਗਈ ਖੇਡ ਮੈਦਾਨ ਦੇ ਵਿੱਚ ਹੋਲੀ ਪਾਉਣ ਦੇ ਲਈ ਤਿਆਰ ਹੋ ਤਿਆਰ ਹੈ। ਉਧਰੋਂ ਚਾਰ ਬਰਾਮ ਕਿਲ੍ਹਾ ਰਾਏਪੁਰ ਦੇ ਵਿੱਚ ਚੱਲ ਰਹੀਆਂ ਮਿੰਨੀ ਓਲੰਪਿਕਸ ਖੇਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਦੂਰੋਂ ਦੂਰੋਂ ਜਿਹੜੇ ਹੈ ਖਿਡਾਰੀ ਆਪਣਾ ਇਹ ਫਨ ਦਾ ਜੋਹਰ ਦਿਖਾਉਣ ਵਾਸਤੇ ਆਉਂਦੇ ਨੇ। ਅੱਜ ਇੱਕ ਐਸੇ ਖਿਡਾਰੀ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਸਰੀਰ ਪੱਖੋਂ ਜੇ ਆਪਾਂ ਦੇਖੀਏ ਤਾਂ ਹੈਂਡੀਕੈਪਡ ਹੈਗਾ ਵਾ, ਅਤੇ ਜੇ ਦੇਖੀਏ ਲੱਤ ਵੀ ਇਹਦੀ ਕੰਮ ਨਹੀਂ ਕਰਦੀ ਔਰ ਇੱਕ ਬਾਂਹ ਵੀ ਜਿਹੜੀ ਹੈਗੀ ਉਹ ਕੰਮ ਨਹੀਂ ਕਰਦੀ, ਪਰ ਜਿਹੜਾ ਹੁਨਰ ਹੈਗਾ ਆ ਉਹ ਆਪਣੇ ਮੂੰਹੋਂ ਹੀ ਦੱਸੇਗਾ। ਬਾਈ ਜੀ ਕੀ ਨਾਮ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਵਾਂ ਜਗਜੀਤ ਸਿੰਘ ਜੀ, ਪਿੰਡ ਮਤੋਈ ਜੀ, ਜ਼ਿਲ੍ਹਾ ਮਰੇਕੋਲਾ ਬਣ ਗਿਆ ਉਹਨੂੰ ਜੀ, ਸਾਡੇ ਉੱਥੇ ਦੇ ਰਹਿਣ ਵਾਲਾ ਵੀਰ ਮੈਂ, ਅਤੇ ਆਹ ਤੁਹਾਡੇ ਸਾਹਮਣੇ ਹੁਣ ਪ੍ਰਦਰਸ਼ਨ ਕਰਕੇ ਦਿਖਾਇਆ, ਦੰਦਾਂ ਦੇ ਨਾਲ ਗੱਡੀ ਖਿੱਚੀ ਹੈ ਜੀ। ਮੈਨੂੰ 5-6 ਸਾਲ ਹੋ ਗਏ ਇੱਥੇ ਪੰਜਾਬ ਦੇ ਵਿੱਚ ਟੂਰਨਾਮੈਂਟ, ਕਿਲ੍ਹਾ ਰਾਏਪੁਰੀ ਆਉਂਦੇ ਨੇ। ਬਾਕੀ ਮੈਂ ਪਿੰਡਾਂ ਦੇ ਵਿੱਚ ਪੇਂਡੂ ਖੇਡ ਮੇਲਿਆਂ ਦੇ ਸਿੰਝਾਂ 'ਚ ਜਾ ਕੇ ਆਪਣਾ ਕਲਾ ਦਾ ਪ੍ਰਦਰਸ਼ਨ ਦਿਖਾਉਣਾ। ਆਮ ਵੀਰੇ ਮੈਂ ਬੁਲਟ ਮੋਟਰਸਾਈਕਲ ਖਿੱਚਦਾ ਹੁੰਦਾ ਦੰਦਾਂ ਨਾਲ, 5 ਬੰਦੇ ਬਹਾ ਕੇ, ਅਤੇ ਉਹ ਤੋਂ ਬਾਅਦ ਜੀ ਸਟੰਟ ਕਰੀਦਾ। ਗਰੀਬ ਘਰ 'ਚੋਂ ਹਾਂ, ਪਰਮਾਤਮਾ ਦੇ ਨਾਲ ਵਧੀਆ ਸਰਕਲ ਰੱਬ ਰੋਟੀ ਦੇ ਜਾਂਦਾ। ਅੱਜ ਕੀ ਕੀਤਾ ਤੁਸੀਂ ਇੱਥੇ? ਅੱਜ ਹੀ ਮੈਂ ਕਾਰ ਖਿੱਚੀ ਹੈ ਜੀ, ਤੁਹਾਡੇ ਸਾਹਮਣੇ ਕਾਰ ਖਿੱਚੀ ਹੈਗੀ ਦੰਦਾਂ ਨਾਲ ਜੀ। ਦੰਦਾਂ ਨਾਲ ਕਾਰ ਖਿੱਚੀ? ਹਾਂਜੀ ਹਾਂਜੀ। ਸਰੀਰ ਪੱਖੋਂ ਵੀ ਤੁਸੀਂ ਜ਼ਿਆਦਾ ਮਜ਼ਬੂਤ ਨਹੀਂ ਹੈਗੇ, ਤੁਹਾਡੀ ਬਾਂਹ ਵੀ ਇੱਕ ਵਿੰਗੀ ਹੈਗੀ ਹੈ, ਕਿ ਇਹ ਕਿੱਦਾਂ ਹੋ ਗਿਆ ਇਹ? ਇਹ ਜੀ ਮੈਂ ਮੇਰੀ ਆ ਜਿਹੜਾ ਪਹਿਲਾਂ ਜੀ ਮੈਂ ਟਰੈਕਟਰ ਲਗਾਉਂਦਾ ਸੀਗਾ, ਮੇਰਾ ਗੋਡਾ ਟੁੱਟ ਗਿਆ ਸੀਗਾ। ਆਹ ਜਿਹੜੀ ਮੇਰੀ ਬਾਂਹ ਨੂੰ ਜੀ ਜਿਵੇਂ ਕਹਿੰਦੇ ਹੁੰਦੇ ਕੱਪੜਾ ਲੱਗ ਗਿਆ, ਛੋਟੇ ਹੁੰਦੇ ਦੇ ਕੱਪੜਾ ਲੱਗ ਗਿਆ ਸੀ, ਇੱਥੇ ਹੀ ਖੜ ਗਈ ਸੀ। ਅੱਛਾ, ਇੱਥੇ ਹੀ ਖੜ ਗਈ? ਹਾਂਜੀ। ਅਤੇ ਫਿਰ ਕੰਮ ਕਾਰ ਕਰਦੇ ਆ, ਇਹ ਜੀ ਗੱਲ ਨਹੀਂ, ਸਰੀਰ ਸਾਰਾ ਠੀਕ ਹੈ। ਅਤੇ ਉੱਦਾਂ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਤੁਸੀਂ? ਕੋਈ ਦਿੱਕਤ ਨਹੀਂ, ਪਰਮਾਤਮਾ ਦੀ ਬਹੁਤ ਗੱਲ ਕਰੋ। ਤੁਸੀਂ ਡਾਇਟ ਕੀ ਲੈਂਦੇ ਹੋ ਕੁਛ ਸਪੈਸ਼ਲ? ਡਾਇਟ ਦਾ ਮਤਲਬ ਕੀ? ਪੈਸੇ, ਖਾਣ ਪੀਣ? ਖਾਣ ਪੀਣ ਕਿੱਦਾਂ? ਖਾਣ ਪੀਣ ਤਾਂ ਇਹੀ ਜਾਇਜ਼ ਹੀ, ਘਰੇ ਰੋਟੀ ਮਿਲ ਜਾਂਦੀ ਆ ਪਰਮਾਤਮਾ ਦਿੰਦਾ, ਰੁੱਖੀ ਵਿਛੀ ਉਹੀ ਖਾਂਦੇ ਆ ਜੀ। ਕੋਈ ਵੱਖਰੀ ਤਰੀਕੇ ਦੀ ਕੋਈ ਖੁਰਾਕ ਨਹੀਂ ਖਾਂਦੇ? ਕੋਈ ਨਹੀਂ ਖਾਂਦੇ ਜੀ, ਬਸ ਘਰੇ ਉਹ ਘਿਓ ਘੂ ਦੇਸੀ ਦਾ ਪਿਆ ਹੀ ਹੁੰਦਾ, ਉਹ ਖਾਂਦੇ ਆ ਮਾੜਾ। ਅਤੇ ਹੋਰ ਤੁਸੀਂ ਕੀ, ਜਿਹੜੇ ਪੰਜਾਬ ਦੇ ਨੌਜਵਾਨ ਨੇ ਹੁਣ ਜਿੱਦਾਂ ਹੁਣ ਤੁਸੀਂ ਹੈਂਡੀਕੈਪਡ ਹੈਗੇ ਹੋ, ਹੁਣ ਲੋਕ ਕੰਮ ਨਹੀਂ ਕਰਦੇ ਹੈਗੇ ਅਤੇ ਭੀਖ ਮੰਗਣ ਲੱਗ ਜਾਂਦੇ, ਉਹਨਾਂ ਵਾਸਤੇ ਕੀ ਸੁਨੇਹਾ ਦੇਣਾ ਚਾਹੁੰਦੇ? ਮੈਂ ਤਾਂ ਵੀਰ ਜੀ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਦੇਖੋ, ਪਰਮਾਤਮਾ ਨੇ ਆਪਾਂ ਨੂੰ ਸਰੀਰ ਦਿੱਤਾ, ਆਪਾਂ ਇੱਥੇ ਦੁਨੀਆਂ 'ਤੇ ਆਏ ਹਾਂ, ਕੋਈ ਆਪਾਂ ਮਾੜਾ ਕੰਮ ਨਾ ਕਰੋ, ਆਪਣੇ ਸਰੀਰ ਨੂੰ ਸਾਂਭ ਕੇ ਰੱਖੋ, ਨਸ਼ੇ ਪੱਤਿਆਂ 'ਚ ਨਾ ਪਾਓ। ਇਹ ਕੀ ਫਾਇਦਾ, 4 ਦਿਨ ਕੋਈ ਕੁਛ ਖਾਂਦਾ ਕੋਈ ਕੁਛ ਖਾਂਦਾ, ਇਹ ਖਾਣ ਦਾ ਕੋਈ ਫਾਇਦਾ ਨਹੀਂ। ਅਸਲ ਜ਼ਿੰਦਗੀ ਇਹੀ ਆ, ਸੋਫੀ ਰਹੋ, ਬਣ ਕੇ ਸੋਫੀ ਰਹਿਣਾ ਚਾਹੀਦਾ ਬੰਦੇ ਨੂੰ। ਕਿਉਂ ਨਸ਼ੇ ਪੱਤੇ ਕਰਦਾ ਬੰਦਾ, ਘਰੋਂ ਪੈਸੇ ਨਹੀਂ ਦਿੰਦੇ, ਫਿਰ ਉਹ ਚੋਰੀਆਂ ਡਾਕੇ ਕਰਦਾ, ਇਹ ਗਲਤ ਕੰਮਾਂ 'ਤੇ ਮੈਂ ਕਹਿੰਦਾ ਵੀ ਪੰਜਾਬ ਦੇ ਆਪਣਾ ਪੰਜਾਬ ਬਚਾਓ ਮੇਰਾ ਵੀਰ, ਕੋਈ ਮਾੜੀ ਚੰਗੀ ਚੀਜ਼ ਨਾ ਖਾਓ, ਜਿਹੋ ਜਿਹੇ ਵੀ ਮਾਲਕ ਦਿੰਦਾ ਘਰੇ ਆਪਦੀ ਰੁੱਖੀ ਮਿੱਸੀ ਰੋਟੀ ਖਾਓ। ਕਾਰੋਬਾਰ ਕੀ ਹੈ ਤੁਹਾਡਾ? ਮੇਰਾ ਕਾਰੋਬਾਰ ਜੀ, ਮੈਂ ਆਟੋ ਚਲਾਉਂਦਾ ਜੀ। ਅੱਛਾ ਜੀ, ਮਰੇ ਕੋਲ ਜੀ। ਹਾਂਜੀ, ਆਟੋ ਚਲਾਉਂਦੇ ਹੋ ਤੇ ਬਾਕੀ ਹੋਰ ਵੀ ਕਿੱਥੇ ਕਿੱਥੇ ਜਾ ਆਏ ਹੋ ਤੁਸੀਂ, ਕਿੰਨੇ ਕੁ ਤੁਸੀਂ ਇਨਾਮ ਜਿੱਤੇ? ਮੈਂ ਨਾਮ 57 ਜੀ, ਮੈਂ ਟਰੋਫੀਆਂ ਜਿੱਤੀਆਂ ਨੇ, 7 ਗੋਲਡ ਮੈਡਲ, 1 ਫਰੀਦਕੋਟ ਤੋਂ ਸਿਲਵਰ ਮੈਡਲ ਜਿੱਤਿਆ ਜੀ, ਅਤੇ ਨਾਮ ਬਹੁਤ ਜਿੱਤੇ ਨੇ ਬਾਬੇ ਦੀ ਕਿਰਪਾ। ਫਰੀਦਕੋਟ ਜ਼ਿਲ੍ਹਾ, ਮੁਕਤਸਰ, ਤੁਹਾਡੇ ਮੋਗਾ, ਮੋਹਾਲੀ, ਸਾਰੇ ਏਰੀਏ ਦੇ ਵਿੱਚ ਜਿੱਥੇ ਵੀ ਪਿੰਡ ਦਾ ਟੂਰਨਾਮੈਂਟ ਹੁੰਦਾ ਜਾਂ ਉੱਥੇ ਘੋਲ ਹੁੰਦੇ ਨੇ ਉੱਥੇ ਮੈਂ ਜਾਂਦਾ, ਕਮੇਟੀ ਨੂੰ ਮਿਲਦਾ। ਕਮੇਟੀ ਮੇਰੇ ਵਿੱਚ ਵਧੀਆ ਹੁੰਦੇ ਨੇ ਬੰਦੇ, ਬਹੁਤ ਵਧੀਆ ਕੰਮ ਕਰਾਉਂਦੇ ਨੇ, ਮੈਨੂੰ ਪੈਸੇ ਵੀ ਦਿੰਦੇ, ਇਨਾਮ ਵੀ ਦਿੰਦੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇਹ ਦੇਖਿਆ ਤੁਸੀਂ, ਬੰਦਾ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਆ ਨਸ਼ਿਆਂ ਤੋਂ ਰਹਿਤ ਹੈ, ਔਰ ਬਿਲਕੁਲ ਉਹ ਦੇਖੋ ਤੁਸੀਂ 50% ਸਰੀਰ ਕੰਮ ਕਰਦਾ, ਫਿਰ ਵੀ ਜਿਹੜੇ ਹੈਗੇ ਆ ਇਹ ਕਾਰ ਖਿੱਚਦੇ, ਦੰਦਾਂ ਦੇ ਨਾਲ ਕਾਰ ਖਿੱਚਦੇ ਆ, ਬੁਲਟ ਵੀ ਖਿੱਚ ਚੁੱਕੇ ਆ 5 ਬੰਦੇ ਬਿਠਾ ਕੇ, ਅਤੇ ਪੰਜਾਬ ਦੇ ਅਲੱਗ ਅਲੱਗ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਮੇਲੇ ਹੁੰਦੇ ਨੇ ਉੱਥੇ ਆਪਣੇ ਕਰਤੱਵ ਦਿਖਾਉਂਦੇ ਨੇ, ਅਤੇ ਪੰਜਾਬ ਦੀ ਨੌਜਵਾਨੀ ਨੂੰ ਵੀ ਅਸੀਂ ਇਹੀ ਸੁਨੇਹਾ ਦਿੰਦੇ ਹਾਂ ਜਾਂ ਇਹ ਵੀ ਇਹੀ ਸੁਨੇਹਾ ਦਿੰਦੇ ਨੇ ਵੀ ਨਸ਼ਿਆਂ ਤੋਂ ਬਚੋ ਅਤੇ ਆਪਣੇ ਸਰੀਰ ਨੂੰ ਨਰੋਗ ਰੱਖੋ ਅਤੇ ਖੇਡਾਂ ਵੱਲ ਧਿਆਨ ਦਿਓ ਤਾਂ ਕਿ ਆਪਣੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ, ਨਿਊਜ਼ 18 ਪੰਜਾਬ।